ਦੀਪ ਸਿੰਘ ਜੀ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਡੇਰਾ ਬਾਬਾ ਬਿਖੇ ਜੀ ਜਿਸ ਜਗ੍ਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਭਗਤੀ ਕੀਤੀ ਸੀ ਤਪੱਸਿਆ ਕੀਤੀ ਸੀ ਜੀ ਆਪਣਾ ਗ੍ਰਸਥ ਜੀਵਨ ਬਤੀਤ ਕੀਤਾ ਸੀ ਜੀ ਉਹਦੇ ਨਾਲ ਹੀ ਬਹੁਤ ਸੋਹਣਾ ਜੀ ਇਹ ਸਥਾਨ ਬਣਿਆ ਹੋਇਆ ਜੀ ਆਜੋ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਇਸ ਸਥਾਨ ਦੇ ਦਰਸ਼ਨ ਕਰਦੇ ਆਂ ਜੀ ਇਹ ਆ ਜੀ ਪੈਟਰੋਲ ਪੰਪ ਬਾਬਾ ਜੀ ਦਾ ਲਾਇਆ ਹੋਇਆ ਇਸ ਜਗ੍ਹਾ ਦੇ ਉੱਤੇ ਜੀ ਯਾਨੀ ਲੋਕਾਂ ਨੂੰ ਕੋਈ ਦਿਕਤ ਪਰੇਸ਼ਾਨੀ ਨਾ ਹੋਵੇ ਜੀ ਉਹਦੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਜੀ ਇਸ ਜਗ੍ਹਾ ਦੇ ਉੱਤੇ ਇਹ ਪੈਟਰੋਲ ਪੰਪ ਆ ਜੀ ਬਾਬਾ ਜੀ ਦਾ ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਜੀ ਗੱਦੀ ਨਸ਼ੀਨ ਨੇ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਸਵੇਂ ਵੰਸ਼ਜ ਨੇ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਿਛਲੇ ਪਾਸੇ ਬੈੰਦਾ ਹੈ ਆ ਚਨਾਬ ਦਰਿਆ ਜੀ ਆਪਾਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਯਾਨੀ ਸਕੂਨ ਇੱਕ ਸ਼ਾਂਤੀ ਆ ਜੀ ਇਸ ਜਗ੍ਹਾ ਦੇ ਉੱਤੇ ਇਹ ਭੇਡਾਂ ਨੇ ਬੱਕਰੀਆਂ ਨੇ ਜੀ ਚੱਲ ਰਹੀਆਂ ਨੇ ਜਿਹੜਾ ਆਪਾਂ ਇਹਨਾਂ ਭੇਡਾਂ ਇਹਨਾਂ ਬੱਕਰੀਆਂ ਦਾ ਦੁੱਧ ਪੀਨੇ ਆ ਕਿਉਂਕਿ ਇਹ ਕਈ ਜੜੀ ਬੂਟੀਆਂ ਖਾਂਦੀਆਂ ਨੇ ਜੀ ਯਾਨੀ ਸਰੀਰਕ ਰੋਗ ਦੂਰ ਹੁੰਦੇ ਨੇ ਜੀ ਜੇਕਰ ਆਪਾਂ ਇਹਨਾਂ ਬੱਕਰੀਆਂ ਦਾ ਇਹਨਾਂ ਦਾ ਦੁੱਧ ਪੀਨੇ ਆ ਜੀ ਚਰਦੀਆਂ ਨੇ ਜੰਗਲਾਂ ਦੇ ਵਿੱਚ ਜੀ ਇਹ ਇਹਨਾਂ ਪਹਾੜੀ ਏਰੀਆ ਦੇ ਵਿੱਚ ਜੀ ਆਪਾਂ ਵੀ ਪਵਾ ਲਿਆ ਜੀ ਇਹਦੇ ਵਿੱਚ ਤੇਲ ਕਪਾਲਜੀ ਦੀ ਲੂਨਾ ਦੇ ਵਿੱਚ ਤੇ ਕੱਢਦੇ ਆ ਗੜਾ ਕਿਸੇ ਪਾਸੇ ਨੂੰ ਅੱਜ ਜੀ ਪੰਪ ਤੋਂ ਤੇਲ ਪਾ ਕੇ ਨਿਕਲੇ ਆ ਜੀ ਤੇ ਇਹ ਰਸਤੇ ਦੇ ਵਿੱਚ ਇੱਕ ਪਿੰਡ ਆਇਆ ਛੋਟਾ ਜਿਹਾ ਅਸੀਂ ਵੀਰ ਆਏ ਇਹ ਮਿਲਿਆ ਸਾਨੂੰ ਬੰਦਾ ਸਿੰਘ ਭਾਦ ਦੇ ਨਾਲ ਹੀ ਪਿੰਡ ਦੇ ਨਾਮ ਹੀ ਲੱਗਦਾ ਹੈ ਤੇ ਇਹ ਆ ਪਿੰਡ ਸੇਰੀ ਟਾਂਡਾ ਅਸੀਂ ਵੀਰ ਨੂੰ ਪੁੱਛਿਆ ਵੀ ਕਿਹੜਾ ਪਿੰਡ ਆ ਇਹ ਕਹਿੰਦਾ ਯਾਰ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਚੱਕਰ ਕੀ ਆ ਅਸੀਂ ਇਹਨੂੰ ਪੁੱਛਿਆ ਵੀ ਇਹ ਕੀ ਗੱਲ ਹੋ ਗਈ ਇਹ ਕਹਿੰਦਾ ਨਾ ਵੀ ਕਈ ਮਿਲੀਟੈਂਟ ਘੁੰਮਦੇ ਨੇ ਅਗਲਾ ਜਾਣਕਾਰੀ ਇਕੱਠੀ ਕਰ ਲੰਦਾ ਆ ਕਿਉਂਕਿ ਇਹ ਬਾਰਡਰ ਏਰੀਆ ਆ ਜੀ ਇਹ ਇਹ ਤੋਂ ਅੱਗੇ ਪਾਕਿਸਤਾਨ ਪੈਂਦਾ ਆ ਇਹ ਵੀਰ ਕਹਾਂ ਫੇਰ ਦੱਸੂ ਅਸੀਂ ਇਹਨੂੰ ਕਹਾਂ ਯਾਰ ਸਾਡਾ ਸਾ ਬਲੌਗ ਚੈਨਲ ਅੱਜ ਤਾਂ ਵੀਡੀਓ ਬਣਾਉਨੇ ਆ ਪਾਉਨੇ ਆ ਕੋਈ ਗੱਲ ਨਹੀਂ ਮਨਾਓ ਤੁਸੀਂ ਤੇ ਇਹ ਵੀਰ ਆ ਵੀਰ ਜੀ ਨਾ ਤੇਰਾ ਯਾਰ ਨਾ ਮੇਰਾ ਦਿਨੇਸ਼ ਕੁਮਾਰੀ ਦਿਨੇਸ਼ ਕੁਮਾਰ ਕੀ ਕਰਦਾ ਯਾਰ ਤੂੰ ਕਰਦਾ ਮੈਂ ਯਾਰ ਆਪਣਾ ਹੀ ਦਿਹਾੜੀ ਦਾ ਕੰਮ ਆਲਾ ਮੋਟਾ ਇਹ ਹੱਡੀ ਦਾ ਭਕਰਦਾ ਵੀਰ ਇਹ ਲੋਹਾਈ ਦਾ ਕੰਮ ਕਰਨਾ ਹੈ ਹੈ ਲੋਹਾਈ ਦਾ ਜਣੀ ਇਹ ਸਿਹਤ ਦੇ ਹਿਸਾਬ ਨਾਲ ਵੀ ਕਬੱਡੀ ਪਲੇਅਰ ਚਾਹੀਦਾ ਜੀ ਆਪਣੇ ਪੰਜਾਬ ਦੇ ਵਿੱਚ ਹੋਵੇ ਕੁਸ਼ਤੀ ਵੀ ਕਰਦਾ ਕਹਿੰਦਾ ਹੈ ਜਣੀ ਇਹਦਾ ਸਰੀਰ ਆ ਜਿਹੜਾ ਜੀ ਪਹਿਲਵਾਨਾਂ ਵਾਲਾ ਸਰੀਰ ਆ ਵੀਰ ਦਾ ਇੱਕ ਮਾਲਕ ਤੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ ਇੱਕ ਮਾਲਕ ਇਹ ਦੇਖੋ ਪਾਣੀ ਜੀ ਬਿਲਕੁਲ ਸ਼ੁੱਧਾ ਸਾਫ਼ ਪਾਣੀ ਆ ਬਿਲਕੁਲ ਸਾਫ਼ ਪਾਣੀ ਆ ਆਪਾਂ ਇਹਨੂੰ ਪੀ ਵੀ ਸਕਦੇ ਆ ਜੀ ਜਿਹੜੀ ਬਹੁਤ ਸੋਹਣੀ ਜਗ੍ਹਾ ਜੀ ਇਹ ਕਟੜਾ ਵੈਸ਼ਨੂ ਦੇਵੀ ਤੋਂ ਇਸ ਜਗ੍ਹਾ ਦੀ ਦੂਰੀ ਜੀ ਤਕਰੀਬਨ 30 ਕਿਲੋਮੀਟਰ ਆ ਜੀ ਉਹ ਦੇਖ ਸਕਦੇ ਹੋ ਤੁਸੀਂ ਧੁੰਦ ਪੈ ਰਹੀ ਆ ਉਵੇਂ ਦੇਖੋ ਹੋਇਆ ਹੋਇਆ ਨਾ ਬੱਦਲ ਜੇ ਬਣੇ ਹੋਏ ਨੇ ਬਹੁਤ ਸੋਹਣੀ ਜਗ੍ਹਾ ਜੀ ਇਹ ਮਨ ਨੂੰ ਇੱਕ ਸਕੂਨ ਇੱਕ ਸ਼ਾਂਤੀ ਮਿਲਦੀ ਆ ਜਦੋਂ ਆਪਾਂ ਇਹਨਾਂ ਸਥਾਨਾਂ ਦੇ ਉੱਤੇ ਆਉਨੇ ਆ ਜੀ ਇਹਨਾਂ ਜਗ੍ਹਾ ਦੇ ਉੱਤੇ ਆਉਨੇ ਆ ਇਹਨਾਂ ਜਗ੍ਹਾ ਨੂੰ ਵੇਸਟ ਕਰਦੇ ਆ ਘੁੰਮਦੇ ਆ ਜੀ ਦੇਖੋ ਕਿੰਨਾ ਆਨੰਦ ਆ ਰਿਹਾ ਜੀ ਕੁਦਰਤ ਆ ਨੇਚਰ ਆ ਜੀ ਪੰਛੀਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਪਾਣੀ ਦੀ ਸਾਊਂਡ ਆਉਂਦੀ ਆ ਇਸ ਜਗ੍ਹਾ ਦੇ ਉੱਤੇ ਮਨ ਨੂੰ ਇੱਕ ਸਕੂਨ ਇੱਕ ਸ਼ਾਂਤੀ ਮਿਲਦੀ ਆ ਜੀ ਜਦੋਂ ਆਪਾਂ ਇਹਨਾਂ ਸਥਾਨਾਂ ਨੂੰ ਵਿਸਿਟ ਕਰਦੇ ਆਂ ਜੀ ਘੁੰਮਦੇ ਆਂ ਜੀ ਚਾਰੇ ਪਾਸੇ ਦੇਖੋ ਹਰਿਆਲੀ ਆ ਇਹ ਪਾਣੀ ਆ ਰਿਹਾ ਜੀ ਉੱਪਰੋਂ ਪਹਾੜਾਂ ਦਾ ਬਰਫ਼ਾਂ ਦਾ ਖੁਰਕੇ ਜੀ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਤਪਸਥਾਨ ਆ ਜੀ ਜਿਸ ਜਗ੍ਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 52 ਫੁੱਟ ਉੱਚਾ ਜੀ देवदार ਲੱਕੜ ਦਾ ਨਿਸ਼ਾਨ ਸਾਹਿਬ ਚੁਲਾਇਆ ਸੀ ਲਾਇਆ ਸੀ ਜੀ ਦਰਿਆ ਦੇ ਵਿੱਚ ਕਿਹਾ ਜਾਂਦਾ ਸੀ ਲੋਕਲ ਲੋਕਾਂ ਨਾਲ ਗੱਲ ਕੀਤੀ ਆ ਜੀ ਇਹ ਦਰਿਆ ਦੇ ਵਿੱਚੋਂ ਲੱਕੜ ਵਹਿ ਕੇ ਆਈ ਸੀ ਜੀ ਉਹਦੀ ਲੱਕੜ ਦਾ ਜੀ ਇਹ ਨਿਸ਼ਾਨ ਸਾਹਿਬ ਚੜਾਇਆ ਸੀ ਇਸ ਜਗ੍ਹਾ ਦੇ ਉੱਤੇ ਇਸੇ ਸਥਾਨ ਦੇ ਨਾਲ ਜੀ ਇੱਕ ਹੋਰ ਸਥਾਨ ਬਣਾਇਆ ਗਿਆ ਹੈ ਜੀ ਆਜੋ ਆਪਾਂ ਸਾਰੇ ਜਣੇ ਰਲ ਮਿਲ ਕੇ ਜੀ ਇਸ ਸ਼ਾਂਤਮਈ ਵਾਤਾਵਰਨ ਦੇ ਵਿੱਚ ਬਣੇ ਹੋਏ ਜੀ ਉਸ ਸੋਹਣੇ ਸਥਾਨ ਦੇ ਵੀ ਦਰਸ਼ਨ ਕਰਦੇ ਹਾਂ ਜੀ ਜੇਕਰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜਰੂਰ ਕਰਿਆ ਕਰੋ ਸਾਡਾ ਹੌਸਲਾ ਵਧਾਇਆ ਕਰੋ ਜੀ ਇਹ ਦੇਖੋ ਬਿਲਕੁਲ ਸ਼ੁੱਧ ਨਿਰਮਲ ਪਾਣੀ ਆ ਜੀ ਸਾਡੇ ਸਹਿਬ ਸਿਰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੀ ਕਹਿੰਦੇ ਨੇ ਜੀ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਜੀ ਸਾਨੂੰ ਪਾਣੀ ਦੀ ਕਦਰ ਕਰਨੀ ਚਾਹੀਦੀ ਆ ਜੀ ਸੰਭਾਲ ਕਰਨੀ ਚਾਹੀਦੀ ਆ ਜੀ ਚਲਦੇ ਆਪਾਂ ਉਸ ਸਥਾਨ ਦੇ ਦਰਸ਼ਨ ਕਰਦੇ ਆਂ ਜੀ ਜੋ ਕਿ ਬਹੁਤ ਸੋਹਣਾ ਅਤੇ ਇੱਕ ਬਹੁਤ ਵਧੀਆ ਨੇਚਰ ਚ ਕੁਦਰਤ ਦੀ ਗੋਦ ਦੇ ਵਿੱਚ ਜੀ ਉਹ ਸਥਾਨ ਬਣਿਆ ਹੋਇਆ ਜੀ ਆਪਾਂ ਚੱਲ ਕੇ ਦਰਸ਼ਨ ਕਰਦੇ ਆਂ ਜੀ ਇਹ ਆ ਜੀ ਮੱਕੀ ਹਿਮਾਚਲੀ ਮੱਕੀ ਆਪਾਂ ਦੇਖ ਸਕਦੇ ਆਂ ਵੀਡੀਓ ਦੇ ਵਿੱਚ ਜੀ ਹਿਮਾਚਲੀ ਮੱਕਾ ਜੀ ਇਹ ਜਿਹੜੀ ਹਿਮਾਚਲ ਦੀ ਮੱਕੀ ਵੀ ਬਹੁਤ ਮਸ਼ਹੂਰ ਆ ਜੀ ਬਹੁਤ ਪ੍ਰਸਿੱਧ ਮੱਕੀ ਆ ਜੀ हिमाचल दी अपने पंजाब ਦੇ ਵਿੱਚ ਵੀ ਹਿਮਾਚਲ ਦੀ ਮੱਕੀ ਆਉਂਦੀ ਆ ਜੀ ਲੋਕ ਚਾਹ ਨਾਲ ਹਿਮਾਚਲ ਦੀ ਮੱਕੀ ਖਾਂਦੇ ਨੇ ਜੀ ਮਿੱਠੀ ਹੁੰਦੀ ਆ ਜੀ ਇਹ ਇਹ ਹਿਮਾਚਲ ਦੀ ਤੋਰੀ ਜੀ ਲੱਗੀ ਹੋਈ ਐ ਇਸ ਜਗ੍ਹਾ ਦੇ ਉੱਤੇ ਆਪਾਂ ਦੇਖ ਸਕਦੇ ਆ ਬੇਲਾਂ ਨੂੰ ਤੋਰੀਆਂ ਲੱਗੀਆਂ ਨੇ ਇਸ ਵਾਰ ਲੇਟ ਫਲ ਪਿਆ ਆ ਜੀ ਆਪਣੇ ਪੰਜਾਬ ਦੇ ਵਿੱਚ ਵੀ ਲੇਟ ਫਲ ਲੱਗਿਆ ਆ ਜੀ ਇਸ ਸਥਾਨ ਤੇ ਜਦੋਂ ਆਪਾਂ ਪਹੁੰਚਦੇ ਆ ਜੀ ਰਸਤੇ ਥੋੜੇ ਜਿਹੇ ਜੜੀ ਬੱਟਿਆਂ ਵਾਲੇ ਨੇ ਪੱਥਰੀਲੇ ਰਸਤੇ ਨੇ ਜੀ 2 ਵੀਲਰ ਸੌਖਾ ਪਹੁੰਚ ਜਾਂਦਾ ਇਸ ਸਥਾਨ ਦੇ ਉੱਤੇ ਜੀ ਇਹ ਗਪਾਲ ਜੀ ਦੀ ਲੂਨਾ ਆਪਣਾ ਸਾਥ ਦੇ ਰਹੀ ਆ ਆਪਾਂ ਨੂੰ ਲੈ ਕੇ ਆਈ ਆ ਇਸ ਸਥਾਨ ਦੇ ਉੱਤੇ ਜੀ ਇਹ ਆ ਜੀ ਖੂਹ ਆਪਾਂ ਦੇਖ ਸਕਦੇ ਆ ਪਾਣੀ ਦਾ ਭਰਿਆ ਹੋਇਆ ਖੂਹ ਆ ਜੀ ਇਹ ਮੋਟਰ ਲੱਗੀ ਹੋਈ ਆ ਮੋਟਰ ਰਾਹੀ ਇਹਦੇ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਆ ਜੀ ਫਸਲਾਂ ਨੂੰ ਪਾਣੀ ਲਗਾਇਆ ਜਾਂਦਾ ਜੀ ਘਰਾਂ ਦੀ ਪੂਰਤੀ ਆ ਜਿਹੜੀ ਜੀ ਪਾਣੀ ਦੀ ਉਹ ਵੀ ਇਸ ਖੂਹ ਦੁਆਰਾ ਕੀਤੀ ਜਾਂਦੀ ਆ ਜੀ ਆਜੋ ਜੀ ਆਪਾਂ ਇਸ ਭੈਣ ਨਾਲ ਗੱਲ ਕਰਦੇ ਆ ਇਸ ਜਗ੍ਹਾ ਦੇ ਉੱਤੇ ਰਹਿੰਦੇ ਨੇ ਜੀ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਨੇ ਜੀ ਇਹ ਭੈਣ ਸਾਡੇ ਜੀ ਜਿਹੜੀ ਆਪਣੇ ਸਿੱਖ ਪਰਿਵਾਰਾਂ ਦੇ 10 15 ਘਰ ਨੇ ਜੀ ਇਸ ਜਗ੍ਹਾ ਦੇ ਉੱਤੇ ਆਪਾਂ ਇਸ ਭੈਣ ਤੋਂ ਵੀ ਜਾਣਦੇ ਆ ਜੀ ਇਸ ਸਥਾਨ ਬਾਰੇ ਭੈਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਥਾਨ ਕਿੱਦਾਂ ਬਣਿਆ ਜੀ ਇਸ ਜਗ੍ਹਾ ਦੇ ਉੱਤੇ ਜੀ ਦੇ ਬਾਬਾ ਨਾਂ ਦੇ ਬਣਿਆ ਇਹ ਸਾਨੂੰ ਬਹੁਤ ਲੋੜ ਸੀ ਗੁਰਦਵਾਰੇ ਦੀ ਕਿਤੇ ਦੂਰ ਜਾਣਾ ਮੈਂ ਤੇ ਡੇੜਾ ਬਾਬਾ ਦੂਰ ਹੈ ਗੱਡੀਆਂ 'ਚ ਦਿੱਕਤ ਸੀ ਅੱਛਾ ਜੀ ਹੁਣ ਬਣਿਆ ਇੱਥੇ ਕਰਨੇ ਆ 15 ਦਿਨਾਂ ਮਹੀਨੇ ਪ੍ਰੋਗਰਾਮ ਹੁੰਦਾ 10 ਗ੍ਰਾਂ ਦਾ 15 ਦਾ ਦਿਨ ਕਰਨੇ ਆ ਅਸੀਂ ਅੱਛਾ ਜੀ ਜਣੀ ਇਹ ਘਰਾਂ ਦੇ ਬੰਦੇ ਮਿਲ ਕੇ ਸੇਵਾ ਕਰਦੇ ਘਰਾਂ ਦੇ ਬੰਦੇ ਕਰਦੇ ਅੱਛਾ ਜੀ ਜਣੀ ਘਰ ਇਕੱਠੇ ਹੋ ਕੇ ਸੇਵਾ 15 ਦਿਨਾਂ ਸਕਰਾਾਂ ਦਿੰਦੇ 10 ਦਿਨ ਤੇ ਵੀ ਕਰਦੇ ਨੇ ਪ੍ਰੋਗਰਾਮ ਅੱਛਾ ਜੀ ਇਹ ਜਗ੍ਹਾ ਨੂੰ ਕਹਿੰਦੇ ਕੀ ਨੇ ਜੀ ਇਹ ਟਾਡਾ ਡੇਰਾ ਬੱਬਾ ਟਾਂਡਾ ਡੇਰਾ ਬੱਬਾ ਟਾਂਡਾ ਨਾਂ ਦੀ ਜਗ੍ਹਾ ਜੀ ਇਹ ਕੁਛ ਡੋਗਰੇ ਪਰਿਵਾਰ ਰਹਿੰਦੇ ਨੇ ਇਸ ਜਗ੍ਹਾ ਗੁਜਰ ਲੋਗ ਉਹ ਨੀਚ ਕੁਮਾਰ ਰਹੋਗਣ ਅੱਛਾ ਜੀ ਉਹ ਰਹਿੰਦੇ ਨੇ ਉਹਰੇ ਜੀ ਹਾਂ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੁੰਦੀ ਇਸ ਜਗ੍ਹਾ ਦੇ ਉੱਤੇ ਜੀ ਪਰੇਸ਼ਾਨੀ ਕੋਈ ਨਹੀਂ ਹੈ ਅੱਛਾ ਜੀ ਹਾਂ ਆਜੋ ਜੀ ਆਪਾਂ ਚੱਲ ਕੇ ਇਸ ਸਥਾਨ ਦੇ ਅੰਦਰ ਤੋਂ ਵੀ ਦਰਸ਼ਨ ਕਰਦੇ ਹਾਂ ਜੀ ਇਹ ਨਿਸ਼ਾਨ ਸਾਹਿਬ ਜੀ ਇਸ ਜਗ੍ਹਾ ਉੱਤੇ ਸ਼ਸ਼ੋਭਤਾ ਜੀ ਆਪਾਂ ਦਰਸ਼ਨ ਕਰ ਸਕਦੇ ਹਾਂ ਜੀ ਆਜੋ ਪਰ ਚੱਲਦੇ ਅੰਦਰ ਨੂੰ ਜੀ ਦਰਸ਼ਨ ਕਰਦੇ ਆਂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ ਇਹ ਹੱਥ ਧੋਣ ਵਾਸਤੇ ਜੀ ਪਾਣੀ ਰੱਖਿਆ ਗਿਆ ਇਸ ਜਗ੍ਹਾ ਦੇ ਉੱਤੇ ਜੀ ਜਗ੍ਹਾ ਦਾ ਜਿਹੜਾ ਪ੍ਰਬੰਧ ਚਲਾ ਰਹੇ ਨੇ ਜੀ ਪ੍ਰਧਾਨ ਸਾਹਿਬ ਨੇ ਜੀ ਇਸ ਜਗ੍ਹਾ ਦੇ ਉੱਤੇ ਜੀ ਜਣੀ ਉਹਨਾਂ ਨੂੰ ਆਪਾਂ ਸੱਦੇ ਆਇਆ ਜੀ ਜਣੀ ਕਾਲੀ ਨਾਲ ਉਹ ਵੀ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਜੀ ਵਿਚਾਰੇ ਜੀ ਕੰਮ ਲੱਗੇ ਹੋਏ ਸੀ ਕੰਮ ਛੱਡ ਕੇ ਸਾਡੇ ਇੱਕ ਸੱਦੇ ਦੇ ਉੱਤੇ ਉਹ ਆਏ ਨੇ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਜੀ ਪ੍ਰਧਾਨ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਪ੍ਰਧਾਨ ਜੀ ਇਹ ਜਿਹੜਾ ਸਥਾਨ ਬਣਿਆ ਜੀ ਅਸੀਂ ਉਹ ਪੁਲ ਤੋਂ ਦੇਖਿਆ ਜੀ ਤੇ ਅਸੀਂ ਪਹੁੰਚੇ ਆਂ ਇਸ ਸਥਾਨ ਦੇ ਦਰਸ਼ਨ ਕਰਨ ਜੀ ਕਿੱਦਾਂ ਫੁਰਨਾ ਬਣਿਆ ਜੀ ਵੀ ਆਪਾਂ ਇਸ ਜਗ੍ਹਾ ਦੇ ਉੱਤੇ ਜੀ ਸਥਾਨ ਬਣਾਈਏ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਸਮਾਂ ਚੋਸਾ ਮਾ ਕੱਢ ਕੇ ਸਾਡੇ ਵਿੱਚ ਆ ਕੇ ਔਰ ਸਾਡੇ ਨਾਲ ਹੀ ਸਵਾਲ-ਜਵਾਬ ਕੀਤੇ ਮੈਂ ਤੁਹਾਨੂੰ ਦੱਸਦਾ ਕਿ ਫੁਰਨਾ ਇਤਨਾ ਬਣਿਆ ਕਿ ਮੈਂ 2018 ਦੇ ਵਿੱਚ ਆਰਮੀ ਤੋਂ ਰਿਟਾਇਰ ਹੋਇਆ ਅੱਛਾ ਜੀ ਤੇ ਅਸੀਂ ਇੱਥੇ ਉਤਰਾ ਹੀ ਬੈਠੇ ਸੀਗੇ ਤੇ ਸਾਰੇ ਮੈਨੂੰ ਕਹਿੰਦੇ ਕਿ ਤੁਸੀਂ ਹੁਣ ਰਿਟਾਇਰ ਹੋ ਗਏ ਆ ਆਰਮੀ ਤੋਂ ਤੇ ਗੁਰਦੁਆਰਾ ਸਾਹਿਬ ਦੇ ਬਾਰੇ ਕੁਝ ਸੋਚੋ ਅੱਛਾ ਜੀ ਫਿਰ ਮੈਂ ਆਪਣੀ ਸੰਗਤ ਇਕੱਠੀ ਕੀਤੀ ਇਹਨਾਂ ਦੇ ਨਾਲ ਸੋਚ ਵਿਚਾਰ ਕੀਤਾ ਤੇ ਮਹਾਂ ਤੁਸੀਂ ਦੱਸੋ ਕਿ ਗੁਰਦੁਆਰਾ ਸਾਹਿਬ ਦਾ ਕੰਮ ਅਸੀਂ ਸ਼ੁਰੂ ਕਰੀਏ ਤੇ ਜੇਕਰ ਤੁਸੀਂ ਸਾਥ ਦਿਓਗੇ ਤੇ ਅਸੀਂ ਇਸ ਚੀਜ਼ ਨੂੰ ਮਹਾਂ ਬਖੂਬੀ ਨਿਭਾਵਾਂਗੇ ਠੀਕ ਆ ਜੀ ਤੇ ਸਾਰਿਆਂ ਨੇ ਹਮੀ ਭਰੀ ਸਾਰਿਆਂ ਨੇ ਸਾਥ ਦਿੱਤਾ ਸਭ ਕੰਮ ਕੀਤੇ ਅੱਜ ਤੁਹਾਡੇ ਸਾਹਮਣੇ ਹੀ ਸਭ ਤੋਂ ਪਹਿਲੇ ਤੇ 15 ਅਗਸਤ 2020 ਦੇ ਵਿੱਚ ਅਸੀਂ ਸਿਰਫ ਨਿਸ਼ਾਨ ਸਾਹਿਬ ਦਾ ਉਦਘਾਟਨ ਕੀਤਾ ਅੱਛਾ ਜੀ ਔਰ ਸਾਡੇ ਕੋਲ ਪਾਠੀ ਸਿੰਘ ਆਏ ਤੇ ਅਸੀਂ ਨਿਸ਼ਾਨ ਸਾਹਿਬ 15 ਅਗਸਤ ਨੂੰ ਨਿਸ਼ਾਨ ਸਾਹਿਬ ਆਪਣਾ ਖੜਾ ਕਰ ਦਿੱਤਾ ਚੜਾਤਾ ਜੀ ਚੜਾ ਦਿੱਤਾ ਉਹਦੇ ਬਾਅਦ ਚ ਅਸੀਂ ਆਸਤਾ ਆਸਤਾ ਇਹਨਾਂ ਨੂੰ ਸੇਵਾ ਲਈ ਔਰ ਮਹਾਰਾਜ ਨੇ ਬੜੀ ਕਿਰਪਾ ਕੀਤੀ ਤੇ ਅਸੀਂ ਅੱਜ ਤੁਹਾਡੇ ਸਾਹਮਣੇ ਹੀ ਗੁਰੂ ਘਰ ਦਾ ਤੁਸੀਂ ਦੇਖ ਹੀ ਰਹੇ ਹੋ ਹੱਲੇ ਵੀ ਸੇਵਾ ਬਹੁਤ ਬਾਕੀ ਹੈ ਅਲੀ ਮਹਾਰਾਜ ਦਾ ਸਰੂਪ ਅਸੀਂ ਲੈਣਾ ਹੈ ਅੱਛਾ ਜੀ ਤੇ ਮੈਂ ਸਮੂਹ ਸੰਗਤ ਦੇ ਅੱਗੇ ਜਿਹੜੇ ਵੀ ਇਸ चीज ਨੂੰ ਦੇਖ ਰਹੇ ਨੇ ਸੁਣ ਰਹੇ ਨੇ ਤੇ ਮੈਂ ਉਹਨਾਂ ਦੇ ਅੱਗੇ ਹੱਥ ਬਣ ਕੇ ਇਹੋ ਬੇਨਤੀ ਕਰਦਾ ਕਿ ਤੁਸੀਂ ਸਾਡੀ ਮਿਹਨਤ ਮਿਹਨਤ ਦੇ ਵਿੱਚ ਆਪਣਾ ਕੁਝ ਯੋਗਦਾਨ ਪਾਓ ਕਿ ਤਾਂ ਕਿ ਅਸੀਂ ਆਪਣਾ ਗੁਰੂ ਘਰ ਦਾ ਜਿਹੜਾ ਰਹਿੰਦਾ ਹੋਇਆ ਕੰਮ ਉਹਨੇ ਪਰ ਚੜ ਸਕੀ ਜੀ ਅਸੀਂ ਕਿਸੇ ਉਹਨੂੰ ਸਿਰੇ ਚੜਾਈਏ ਤੇ ਬਾਕੀ ਮੈਂ ਇਹ ਦੁਬਾਰਾ ਤੁਹਾਨੂੰ ਇਹੋ ਕਹਿੰਦਾ ਕਿ ਮਦਦ ਕੀਤੀ ਜਾਏ ਸਾਡੀ ਥੋੜੀ ਇੱਕ ਜੀ ਕਿੰਨੇ ਕ ਪਰਿਵਾਰ ਰਹਿੰਦੇ ਨੇ ਆਪਣੇ ਜੀ ਇਸ ਜਗ੍ਹਾ ਦੇ ਉੱਤੇ ਜੀ ਗੁਰਮੁਖ ਜੀ ਇੱਥੇ ਸਕਾਰ ਦੇ ਸਾਡੇ 13 ਹੀ ਨੇ ਜਿਤਨਾ ਬਾਬਾ ਜੀ ਨੇ ਕਿਹਾ ਹੈ ਕਿ ਬਾਬਾ 13 13 ਤੋਲਦਾ ਅਸੀਂ 13 ਹੀ ਕਰਨੇ ਸਾਡੇ ਇੱਥੇ ਅੱਛਾ ਜੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਉਂਦੀ ਆਪਾਂ ਨੂੰ ਇਸ ਜਗ੍ਹਾ ਦੇ ਉੱਤੇ ਰਹਿਣ ਦੇ ਵਿੱਚ ਜਾਂ ਕੋਈ ਜੀ ਨਹੀਂ ਬਿਲਕੁਲ ਕੋਈ ਦਿੱਕਤ ਨਹੀਂ ਸਾਨੂੰ ਉਹਨਾਂ ਬੜੀ ਜਿਹੜਾ ਸਨਾਤਨ ਧਰਮ ਵੀ ਸਾਡੀ ਸਾਡੇ ਨਾਲ ਬਿਲਕੁਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਚੱਲ ਰਿਹਾ ਹੈ ਔਰ ਬਖੂਬੀ ਸਾਡੇ ਨਾਲ ਸਾਥ ਦੇ ਰਹੇ ਨੇ ਅੱਛਾ ਜੀ ਹਾਂ ਜੀ ਤੇ ਬਾਬਾ ਜਿਹੜੇ ਜਤਿੰਦਰਪਾਲ ਸਿੰਘ ਜੀ ਸੋਢੀ ਨੇ ਜੀ ਦਸਵੇਂ ਵੰਸ਼ਜ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀ ਤੇ ਮੁੱਖ ਗੱਦੀ ਨਿਸ਼ੀਨ ਨੇ ਜੀ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀ ਬਾਬਾ ਜੀ ਦਾ ਸਹਯੋਗ ਕਿੰਨਾ ਕਾ ਤੁਹਾਨੂੰ ਜੀ ਬਾਬਾ ਜੀ ਦਾ ਸਾਨੂੰ ਬਹੁਤ ਸਹਯੋਗ ਹੈ ਅੱਛਾ ਜੀ ਉਹਨਾਂ ਦੇ ਪੁੰਨਿਆਂ ਤੇ ਅਸੀਂ ਚੱਲੇ ਆਂ ਜੋ ਵੀ ਕੰਮ ਕੀਤਾ ਅਸੀਂ ਬਾਬਾ ਜੀ ਨੂੰ ਪੁੱਛ ਕੇ ਹੀ ਕੀਤਾ ਤੁਸੀਂ ਯਕੀਨ ਮੰਨਿਓ ਬਾਬਾ ਜਤਿੰਦਰਪਾਲ ਸਿੰਘ ਸੋਢੀ ਜੀ ਆਪਣੇ ਸਿੱਖ ਪਰਿਵਾਰਾਂ ਦਾ ਬਹੁਤ ਸਾਥ ਦਿੰਦੇ ਨੇ ਜੀ ਜੇ ਆਪਣੇ ਸਿੱਖਾਂ ਨੂੰ ਜਾਂ ਹੋਰ ਨਾਲ ਨੂੰ ਵੀ ਕਿਸੇ ਵੀ ਧਰਮ ਦਾ ਹੋਵੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਬਾਬਾ ਜਤਿੰਦਰਪਾਲ ਸਿੰਘ ਸੋਢੀ ਜੀ ਬਹੁਤ ਸਾਥ ਦਿੰਦੇ ਨੇ ਜੀ ਆਪਣੇ ਸਮਝ ਕੇ ਗੱਲਾਂ ਲਾਉਂਦੇ ਨੇ ਜੀ ਮੌਕਾ ਲੱਗਿਆ ਤਾਂ ਇੱਕ ਵਾਰ ਜ਼ਰੂਰ ਜੀ ਇਸ ਸਥਾਨ ਦੇ ਦਰਸ਼ਨ ਕਰਨ ਆਇਓ ਜੀ ਇਸ ਸਥਾਨ ਦੀ ਥੋੜੀ ਸੇਵਾ ਰਹਿੰਦੀ ਆ ਆਪਾਂ ਪਿੱਛੇ ਵੀ ਵੀਡੀਓ ਦੇ ਵਿੱਚ ਗੱਲ ਕੀਤੀ ਆ ਜਰੂਰ ਆਪਣਾ ਯੋਗਦਾਨ ਪਾਓ ਜੀ ਤੇ ਆਪਾਂ ਇਸ ਸਥਾਨ ਦੇ ਜਿਹੜੇ ਰਹਿਦੇ ਕਾਰਜ ਨੇ ਜੀ ਨੇਪਰੇ ਚਾੜ ਸਕੀ ਹੈ ਜੀ ਜੇਕਰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜਰੂਰ ਕਰਿਓ ਜੀ ਜਦੋਂ ਜੀ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਆ ਜੀ ਇਸ ਸਥਾਨ ਦੇ ਦਰਸ਼ਨ ਕਰਨ ਆਉਨੇ ਆ ਜੀ ਤਾਂ ਚਾਰੇ ਪਾਸੇ ਮੱਕੀ ਹੀ ਮੱਕੀ ਮੱਕੀ ਦੇ ਖੇਤ ਹੀ ਖੇਤ ਨਜ਼ਰ ਆਉਂਦੇ ਨੇ ਜੀ ਬਹੁਤ ਜ਼ਿਆਦਾ ਮੱਕੀ ਬਿੱਜੀ ਹੋਈ ਆ ਜੀ ਇਸ ਜਗ੍ਹਾ ਦੇ ਉੱਤੇ ਜੀ ਆਪਾਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਜੀ ਪਹਾੜੀ ਮੱਕੀ ਜੀ ਅਸਮਾਨ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਨੀਲੇ ਰੰਗ ਦਾ ਅਸਮਾਨ ਆ ਜੀ ਕਦੇ ਕਦੇ ਅਸਮਾਨ ਇਦਾਂ ਸਾਫ਼ ਦਿਖਾਈ ਦਿੰਦਾ ਆ ਬਹੁਤ ਸੋਹਣਾ ਲੱਗਦਾ ਆ ਕੁਦਰਤ ਆ ਨੇਚਰ ਆ ਜੀ ਨੇਚਰ ਦੀ ਗੋਦ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਜੀ ਜ਼ਿੰਦਗੀ 'ਚ ਮੌਕਾ ਲੱਗਿਆ ਜੀ ਜਦੋਂ ਆਪਾਂ ਡੇਰਾ ਬਾਬਾ ਵੇਖੇ ਦਰਸ਼ਨ ਕਰਨ ਆਉਨੇ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤਪਸਥਾਨ ਦੇ ਤਾਂ ਇਸ ਸਥਾਨ ਦੇ ਵੀ ਦਰਸ਼ਨ ਕਰਨ ਜਰੂਰ ਆਇਓ ਛੋਟਾ ਜਿਹਾ ਇਹ ਸਥਾਨ ਬਣਿਆ ਹੋਇਆ ਜੀ ਅਸੀਂ ਜੀ ਇੱਥੋਂ ਦੇ ਪਰਿਵਾਰਾਂ ਨੂੰ ਵੀ ਮਿਲੇ ਆ ਜੀ ਚਣੀ ਗੱਲਬਾਤ ਕੀਤੀ ਉਹਨਾਂ ਪਰਿਵਾਰਾਂ ਨਾਲ ਵੀ ਉਹਨਾਂ ਨੇ ਸਾਨੂੰ ਦੱਸਿਆ ਜੀ 84 ਦੇ ਟਾਈਮ ਦੇ ਵਿੱਚ ਬਹੁਤ ਕਤਲੇਆਮ ਹੋਇਆ ਸੀ ਜੀ ਤੇ ਇਹ ਪਰਿਵਾਰਾਂ ਦਾ ਇਹ ਕਹਿਣਾ ਸੀਗਾ ਜੀ ਵੀ ਸਾਡੇ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਬਦਸਲੂਕੀ ਨਹੀਂ ਹੋਈ ਜੀ ਕਿਸੇ ਨੇ ਵੀ ਸਾਡੇ ਨਾਲ ਜੀ ਬਿਲਕੁਲ ਕੋਈ ਗਲਤ ਵਤੀਰਾ ਨਹੀਂ ਕੀਤਾ ਜੀ ਬਹੁਤ ਵਧੀਆ ਜੀ ਇਹ ਪਰਿਵਾਰ ਇਸ ਜਗ੍ਹਾ ਦੇ ਉੱਤੇ ਰਹਿ ਰਹੇ ਨੇ ਜੀ ਤਕਰੀਬਨ ਜੀ ਇਹ ਪਰਿਵਾਰ ਸਾਨੂੰ ਦੱਸ ਰਹੇ ਸੀ ਵੀ 47 ਦੇ ਟਾਈਮ ਜੀ ਅਸੀਂ ਅਖਨੂਰ ਆਏ ਸੀਗੇ ਜੀ ਅਖਨੂਰ ਤੋਂ ਬਾਅਦ ਜੀ ਇਹ ਪਰਿਵਾਰ ਇਸ ਜਗ੍ਹਾ ਦੇ ਉੱਤੇ ਆ ਕੇ ਪੱਕੇ ਵਸਨੀਕ ਬਣ ਗਏ ਨੇ ਜੀ ਕਿਸੇ ਦੇ ਵੀ ਤਰ੍ਹਾਂ ਦਾ ਜੀ ਇਹ ਪਰਿਵਾਰ ਸਾਨੂੰ ਦੱਸ ਰਹੇ ਸੀ ਵੀ ਅਸੀਂ ਨਸ਼ਾ ਨਹੀਂ ਕਰਦੇ ਜੀ ਗੁਰੂ ਘਰ ਨਾਲ ਜੁੜੇ ਹੋਏ ਪਰਿਵਾਰ ਨੇ ਜੀ ਬਹੁਤ ਸੋਹਣੀ ਇਹ ਜਗ੍ਹਾ ਬਣੀ ਹੋਈ ਆ ਜੀ ਜਿਹੜੀ ਸਾਡੀ ਸੰਗਤ ਨੂੰ ਇਹ ਅਪੀਲ ਆ ਜੀ ਇਸ ਅਸਥਾਨ ਦਾ ਕੰਮ ਰੁਕਿਆ ਹੋਇਆ ਜੀ ਚਾਰ ਦੁਵਾਰੀ ਰਹਦੀ ਆ ਗੇਟ ਲੱਗਣੇ ਰਹਿੰਦੇ ਨੇ ਤੇ ਹੋਰ ਵੀ ਕਈ ਕਾਰਜ ਬਾਕੀ ਨੇ ਜੀ ਸੰਗਤ ਨੂੰ ਬੇਨਤੀ ਹੈ ਜੀ ਜਿਹੜੀ ਸੰਗਤ ਡੇਰਾ ਬਾਬਾ ਵਿਖੇ ਆਉਂਦੀ ਆ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤਪ ਸਥਾਨ ਤੇ ਆਉਂਦੀ ਆ ਜੀ ਇਸ ਸਥਾਨ ਤੇ ਵੀ ਆਇਆ ਕਰੋ ਜੀ ਇਸ ਸਥਾਨ ਦੀ ਵੀ ਸੇਵਾ ਕਰੋ ਜੀ ਤਾਂ ਜੋ ਜਿਹੜੇ ਰਹਿੰਦੇ ਕਾਰਜ ਨੇ ਜੀ ਇਸ ਸਥਾਨ ਦੇ ਉਹ ਨੇਪਰੇ ਚੜ੍ਹ ਸਕਣ ਜੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜਰੂਰ ਕਰਿਆ ਕਰੋ ਸਾਡਾ ਹੌਸਲਾ ਵਧਾਇਆ ਕਰੋ ਜੀ ਬਹੁਤ ਮਿਹਨਤ ਮੁਸ਼ਕਕਤ ਕਰਦੇ ਆਂ ਅਸੀਂ ਜੀ ਵੀਡੀਓ ਬਣਾਉਂਦੇ ਆ ਜਦੋਂ ਜੀ ਤੁਹਾਡੇ ਲਈ ਜੀ ਇਹ ਅਸਥਾਨ ਲੈ ਕੇ ਆਉਂਦੇ ਆ ਦਰਸ਼ਨ ਕਰਾਉਂਦੇ ਆ ਜੀ ਆਪ ਦਰਸ਼ਨ ਕਰਦੇ ਆ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ ਇੱਕ ਇਹ ਆ ਜੀ ਤੋਹਫਾ ਤੋਹਫਾ ਹੀ ਕਹਿ ਸਕਦੇ ਆਪਾਂ ਨੂੰ ਆਪਾਂ ਇਸ ਚੀਜ਼ ਨੂੰ ਜੀ ਇਹ ਪਕੌੜੇ ਨੇ ਜੀ ਆਪਣੇ ਹਿਮਾਚਲੀ ਪਕੌੜੇ ਜੀ ਪਹਾੜਾਂ ਵਾਲੇ ਪਕੌੜੇ ਦੇਖੋ ਸੇਕ ਦੇ ਉੱਤੇ ਬਣਦੇ ਨੇ ਅੱਗ ਦੇ ਉੱਤੇ ਇਹ ਪਕੌੜੇ ਬਣ ਰਹੇ ਨੇ ਇਹ ਵੀਰ ਦੀ ਸ਼ਾਪ ਆ ਜੀ ਦੁਕਾਨ ਆ ਜੀ ਜਣੀ ਅੱਜਕੱਲ ਜਿਹੜਾ ਆਪਣਾ ਪੰਜਾਬ ਆ ਇਸ ਗੱਲ ਦੀ ਨੂੰ ਤਰਜੀਹ ਦਿੰਦਾ ਆ ਜੀ ਵੀ ਜਿਹੜੀ ਰੋਟੀ ਆ ਜਾਂ ਦਾਲ ਸਬਜ਼ੀ ਆ ਆਪਾਂ ਨੂੰ ਚੁੱਲ੍ਹੇ ਦੀ ਖਾਣੀ ਚਾਹੀਦੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਗੁਣ ਨੇ ਜੀ ਤੇ ਇਹ ਵੀਰ ਦੇਖੋ ਤੁਸੀਂ ਲੱਕੜਾਂ ਦੇ ਉੱਤੇ ਮੱਠੇ ਮੱਠੇ ਸੇਕ ਦੇ ਉੱਤੇ ਜੀ ਇਹ ਪਕੌੜੇ ਬਣ ਰਹੇ ਨੇ ਆਪਾਂ ਖਾਣੇ ਆ ਤੇ ਤੁਹਾਨੂੰ ਦੱਸਦੇ ਆ ਜੀ ਇਹ ਪਕੌੜੇ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਜੀ ਇਹ ਨੇ ਸਾਡੇ ਹੰਸਰਾਜ ਜੀ ਹਾਂ ਹੰਸੀ ਤੋਂ ਜੀ ਜਣੀ ਸਾਨੂੰ ਬਹੁਤ ਇਹਨਾਂ ਦੇ ਤਰਲੇ ਮਿੰਤੇ ਮਿੰਤਾ ਕਰਨੀਆਂ ਪਈਆਂ ਨੇ ਤਾਂ ਜਾ ਕੇ ਇਹਨਾਂ ਨੇ ਸਾਨੂੰ ਇਹ ਪਕੌੜੇ ਖੁਲਾਏ ਨੇ ਜੀ ਇਹ ਹਨਾ ਜੀ ਤੇ ਇਹ ਕਹਿੰਦੇ ਯਾਰ ਮੇਰੀ ਪੈਨਸ਼ਨ ਤੁਹਾਨੂੰ ਬਹੁਤ ਚੁਪਦੀ ਆ ਵੀ ਜੇ ਮੈਂ ਸਰਕਾਰ ਤੋਂ ਪੈਨਸ਼ਨ ਲੰਨਾ 10-20000 ਰੁਪਈਆ ਵੀ ਤੁਹਾਨੂੰ ਕੀ ਪ੍ਰੋਬਲਮ ਆ ਵੀ ਇਹ ਦੱਸੋ ਪਹਿਲਾਂ ਤੇ ਇਹ ਆ ਵੀਰ ਦੀ ਸ਼ਾਪ ਜੀ ਬਣਾਇਆ ਹੋਇਆ ਵੀਰ ਨੇ ਆਪਣਾ ਜੀ ਇਹ ਇਹ ਦੁਕਾਨ ਆ ਜੀ ਪਕੌੜੇ ਕੱਢਦੇ ਨੇ ਜੀ ਇਹ ਪਕੌੜੇ ਖਲਾਉਂਦੇ ਨੇ ਅਗਲੀ ਇੱਕ ਪਰਿਵਾਰ ਆਇਆ ਜੀ ਇਹ ਵੀ ਪਕੌੜੇ ਖਾਣ ਆਇਆ ਇਸ ਜਗ੍ਹਾ ਦੇ ਉੱਤੋਂ ਜੀ ਜਿਹੜੀ ਪਹਾੜਾਂ ਦੀ ਗੋਦ ਦੇ ਵਿੱਚ ਜੀ ਚਨਾਬ ਦਰਿਆ ਦੇ ਕੰਢੇ ਦੇ ਉੱਤੇ ਇਹ ਵੀਰ ਪਕੌੜੇ ਬਣਾਉਂਦਾ ਆ ਜੀ ਖਾਣੇ ਆ ਤੇ ਤੁਹਾਨੂੰ ਵੀ ਦੱਸਦੇ ਆ ਜੀ ਕਿਸ ਤਰ੍ਹਾਂ ਦੇ ਬਣੇ ਨੇ ਜੀ ਇਹ ਪਕੌੜੇ ਜੀ ਖਾਣੇ ਆ ਜੀ ਆਪਾਂ ਠੀਕ ਕਰਦੇ ਹਾਂ ਸਮਾਪਤ ਜੀ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ ਦੇ ਉੱਤੇ ਜੀ ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ